ਮੈਂ ਸ਼ਤੀਸ਼ ਕੁਮਾਰ ਤੁਹਾਡਾ ਸਾਰਿਆਂ ਦਾ SKB ਨਿਊਜ਼ ਚੈਨਲ ਵਿੱਚ ਸਵਾਗਤ ਕਰਦਾ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਰੀ ਸਾਧ ਸੰਗਤ ਨੂੰ ਬੇਨਤੀ ਆ, ਨਿਰਗਰ ਕੀਰਤਨ ਆ ਰਿਹਾ ਗੁਰਦੁਆਰਾ ਸਾਧ ਸੰਗਤ ਜੀ ਸ਼ਿਮਲਾਪੁਰੀ ਗਲੀ ਨੰਬਰ 1 ਵਿੱਚੋਂ। ਸੰਗਤਾਂ ਨੂੰ ਹੱਥ ਜੋੜ ਕੇ ਬੇਨਤੀ ਆ, ਹੁਮ ਹੁਮ ਆ ਕੇ ਸਾਧ ਸੰਗਤ ਜੀ ਦੇ ਦਰਸ਼ਨ ਕਰੋ। ਅੱਜ ਦੁੱਧ ਦਾ ਲੰਗਰ ਲਾਇਆ ਦਸਵੰਧ ਸੇਵਾ ਸੁਸਾਇਟੀ ਵੱਲੋਂ। ਸਾਰੇ ਸੇਵਾਦਾਰ ਵੀਰ ਇਕੱਤਰ ਹੋਏ ਨੇ ਸੇਵਾ ਕਰਨ ਲਈ। ਸੋ ਬੜਾ ਵਡਭਾਗੀ ਦੇ ਨਾਲ ਸੇਵਾ ਦਾ ਮੌਕਾ ਮਿਲਿਆ ਸਾਰੀ ਸਾਧ ਸੰਗਤ ਨੂੰ। ਆਪ ਸਭ ਜੀ ਦੇ ਬਹੁਤ ਬਹੁਤ ਆਭਾਰੀ ਹਾਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕਿਹੜੇ ਦਿਨ ਕਿੱਥੋਂ ਆ ਰਹੇ ਸਰ? ਗੁਰਦੁਆਰਾ ਸਤਸੰਗ ਸਾਹਿਬ ਤੋਂ ਆ ਰਿਹਾ ਜੀ ਨਗਰ ਕੀਰਤਨ। 10ਵੇਂ ਪਾਤਸ਼ਾਹ ਜੀ ਪ੍ਰਕਾਸ਼ ਦਿਹਾੜੇ ਦੀ ਖੁਸ਼ੀ ਦੇ ਵਿੱਚ ਅੱਜ 10 ਤਰੀਕ ਨੂੰ ਗੁਰਦੁਆਰਾ ਸਤਸੰਗ ਸਾਹਿਬ ਤੋਂ ਆਰੰਭ ਹੋ ਕੇ 1 ਗਲੀ ਨੰਬਰ 1 ਵਜੇ ਦਿਨ ਗੁਜ਼ਰਨਾ ਜੀ। ਇਸ ਕਰਕੇ ਸੰਗਤ ਨੇ ਸਭ ਨੇ ਰਲ ਮਿਲ ਕੇ ਦੁੱਧ ਦੀ ਸੇਵਾ ਕੀਤੀ ਹੈ ਜੀ। ਯੂਨੀਵਰਸਿਟੀ ਵਾਲੀ SKV ਨਿਊਜ਼ ਤੋਂ ਜੈ ਹਿੰਦ ਜੈ ਭਾਰਤ, ਕੈਮਰਾਮੈਨ ਕੁਲਦੀਪ ਸਿੰਘ ਜੀ।